ਸਰ ਇਹ ਪ੍ਰਾਊਡ ਮੂਮੈਂਟ ਤੇ ਸਾਰਿਆਂ ਵਾਸਤੇ ਆ ਤੇ ਅਕੋਰਡਿੰਗਲੀ ਸਾਰੇ ਘਰ ਦੇ ਪਰਿਵਾਰ ਮੈਂਬਰ ਸਾਰੇ ਜੋ ਫਰੈਂਡ ਸਰਕਲ ਹੈ ਐਂਡ ਇਸ ਮੂਮੈਂਟ ਨੂੰ ਬਹੁਤ ਹੀ ਪ੍ਰਾਈਡ ਦੇ ਨਾਲ ਸਰ ਸੈਲੀਬ੍ਰੇਟ ਕਰ ਰਹੇ ਆ ਔਰ ਆਫ ਕੋਰਸ ਇਟਸ ਅ ਪ੍ਰਾਈਡ ਮੂਮੈਂਟ ਫੋਰ ਈਚ ਐਂਡ ਐਵਰੀ ਪਰਸਨ ਹੂ ਜੋ ਮੇਰੇ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੋਂਟੈਕਟ 'ਚ ਹੈ ਕਿੰਨੀ ਮਿਹਨਤ ਕਿੰਨੀ ਕੀਤੀ ਇਸ ਮੁਕਾਮ ਤੱਕ ਸਰ ਮਿਹਨਤ ਮਿਹਨਤ ਤਾਂ ਸਰ ਆਪਾਂ ਜੇ ਬੋਲੀਏ ਤਾਂ ਇਟ ਇਜ਼ ਅ ਮੈਂਡੇਟਰੀ ਪ੍ਰੋਸੈਸ ਜੋ ਕਿ ਤੁਹਾਨੂੰ ਇੱਕ ਵੇ ਆ ਕਿਸੇ ਵੀ ਟਾਰਗੇਟ ਨੂੰ ਕਿਸੇ ਵੀ ਤੁਹਾਡੇ ਗੋਲ ਨੂੰ ਅਚੀਵ ਕਰਨ ਵਾਸਤੇ ਅਤੇ ਮੈਂ ਤਾਂ ਆਹ ਕਹਿਣਾ ਚਾਹੂੰਗਾ ਸਰ ਮਿਹਨਤ ਦੇ ਨਾਲ ਆਪਾਂ ਕੁਛ ਵੀ ਅਚੀਵ ਕਰ ਸਕਦੇ ਹਾਂ ਅਤੇ ਅਕੋਰਡਿੰਗਲੀ ਸਰ ਮੈਂ ਡਿਫੈਂਸ ਸਰਵਿਸ 'ਚ ਹੋਣ ਦੇ ਨਾਲ ਨਾਲ ਆਪਣੀ ਮਿਹਨਤ ਨੂੰ ਕੰਟੀਨਿਊਸਲੀ ਰੱਖਿਆ ਔਰ ਆਪਣੇ ਜੋ ਜੋ ਮੈਂ ਏਮ ਸੈੱਟ ਕਰਿਆ ਸੀ ਉਹਨੂੰ ਮੈਂ ਅਚੀਵ ਕਰਿਆ ਸਰ ਸਪੋਰਟ ਇਨ ਟਰਮਸ ਆਫ ਫਿਜ਼ੀਕਲੀ ਐਂਡ ਮੋਰਲੀ ਸਰ ਦੋਨੋਂ ਸਪੋਰਟਸ ਜੇ ਤੁਸੀਂ ਆਪਣਾ ਕੋਈ ਟਾਰਗੇਟ ਸੈੱਟ ਕਰਦੇ ਹੋ ਤੁਸੀਂ ਆਪਣਾ ਕੋਈ ਏਮ ਸੈੱਟ ਕਰਦੇ ਹੋ ਅਤੇ ਇੱਕ ਇਸ ਤਰ੍ਹਾਂ ਦੇ ਐਸਪੈਕਟਸ ਨੇ ਜੋ ਕਿ ਵੈਰੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਐਵਰੀ ਵਨਸ ਲਾਈਫ ਸੋ ਸਰ ਅਕੋਰਡਿੰਗ ਟੂ ਮਾਈ ਟਰਮਸ ਮੇਰੇ ਜੋ ਜੋ ਮੇਰੇ ਵਿਚਾਰ ਅਨੁਸਾਰ ਔਰ ਜੋ ਮੇਰੇ ਮੇਰੇ ਅਨੁਸਾਰ ਮੇਰੇ ਪਰਿਵਾਰ ਦੀ ਮੇਰੇ ਸਾਥੀ ਜਣਾਂ ਦੀ ਮੇਰੇ ਫਰੈਂਡਸ ਦੀ ਜੋ ਬੈਸਟ ਵਿਸ਼ਿਜ਼ ਹੈ ਜੋ ਇਹਨਾਂ ਦੀ ਫਿਜ਼ੀਕਲੀ ਔਰ ਮੈਂਟਲੀ ਔਰ ਮੋਰਲੀ ਸਪੋਰਟ ਰਹੀ ਹੈ ਉਹ ਅਨਪੈਰਲਰ ਹੈ ਔਰ ਇਹਨਾਂ ਨੇ ਮੈਨੂੰ ਹਰ ਐਸਪੈਕਟਸ 'ਚ ਜੋ ਹਰ ਇੱਕ ਲੈਵਲ 'ਤੇ ਇਹਨਾਂ ਨੇ ਸਪੋਰਟ ਕਰੀ ਹੈ ਇਟਸ ਅ ਟੋਟਲੀ ਕਮੈਂਡੇਬਲ ਐਂਡ ਮੈਂ ਐਪਰੀਸ਼ੀਏਟ ਕਰਦਾ ਸਰ ਸਾਰਿਆਂ ਦੀ ਸਪੋਰਟ ਨੂੰ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਲੋਕ ਆ ਰਹੇ ਹੋਣੇ ਵਧਾਈਆਂ ਦੇ ਮਾਣ ਮਹਿਸੂਸ ਹੋ ਰਿਹਾ ਅਫਕੋਰਸ ਸਰ ਜੇ ਪ੍ਰਾਈਡ ਮੂਮੈਂਟ ਹੈ ਤਾਂ ਆਪਾਂ ਪ੍ਰਾਈਡ ਮੂਮੈਂਟ ਨੂੰ ਸਰ ਉਸੇ ਤਰ੍ਹਾਂ ਹੀ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਔਰ ਇਹ ਮੇਰੇ ਵਾਸਤੇ ਵੀ ਔਰ ਮੇਰੇ ਪਰਿਵਾਰ ਵਾਲਿਆਂ ਵਾਸਤੇ ਵੀ ਹਰ ਕਿਸੇ ਲਈ ਪ੍ਰਾਈਡ ਮੂਮੈਂਟ ਹੈ ਸਰ ਔਰ ਸਾਰੇ ਇਸਨੂੰ ਬਹੁਤ ਹੀ ਮਾਣ ਨਾਲ ਔਰ ਖੁਸ਼ੀ ਨਾਲ ਸੈਲੀਬ੍ਰੇਟ ਕਰ ਰਹੇ ਅੱਜ ਬੜਾ ਖੁਸ਼ੀ ਦਾ ਮਾਹੌਲ ਹੈ ਜੀ ਬੱਚਾ ਲੈਫਟੀਡੈਂਟ ਬਣਿਆ ਇਹ ਬਚਪਨ ਤੋਂ ਹੀ ਬੜਾ ਮਿਹਨਤੀ ਹੈ ਅਤੇ ਇਹਦਾ ਏਮ ਥਾ ਕਿ ਮੈਂ ਫੌਜ 'ਚ ਭਰਤੀ ਹੋਣਾ ਜੀ ਅੱਜ ਉਹ ਏਮ ਲੱਗਦਾ ਨਹੀਂ ਪੂਰਾ ਹੋ ਗਿਆ ਅੱਜ ਪੂਰਾ ਹੋ ਗਿਆ ਜੀ ਜੀ ਲੋਕ ਆ ਰਹੇ ਤੇ ਬੰਦਾ ਕਹਿੰਦੇ ਹਾਂਜੀ ਬਹੁਤ ਲੋਕ ਆ ਰਹੇ ਹੈ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਤੇ ਸਪੋਰਟ ਕਿਸ ਤਰ੍ਹਾਂ ਦੀ ਰਹੀ ਤੁਹਾਡਾ ਸਾਥ ਰਿਹਾ ਪੂਰਾ ਪੂਰਾ ਸਾਥ ਰਿਹਾ ਜੀ ਜੋ ਇਹ ਚਾਹੁੰਦਾ ਥਾ ਜੋ ਅਸੀਂ ਨਹੀਂ ਵੀ ਕਰ ਸਕਦੇ ਤੇ ਉਹ ਵੀ ਇੰਨੇ ਆਪਣੇ ਬਲ 'ਤੇ ਮਿਹਨਤ ਕਰਕੇ ਪ੍ਰਾਪਤ ਕੀਤਾ ਸਾਡੀ ਪਿੱਛੋਂ ਹਾਲਤ ਮਾਲੀ ਹਾਲਤ ਇੱਦਾਂ ਦੀ ਨਹੀਂ ਸੀ ਕਿ ਅਸੀਂ ਇਹਨੂੰ ਫੁੱਲ ਸਪੋਰਟ ਕਰ ਸਕੀਏ ਪਰ ਫਿਰ ਵੀ ਇਹਦਾ ਲਗਨ ਮਿਹਨਤ ਰੰਗ ਲਾਈ ਹੈ ਅਤੇ ਮਾਲਕ ਦੀ ਦੁਆਵਾਂ ਨਾਲ ਇੱਥੇ ਤੱਕ ਪਹੁੰਚਿਆ ਹੈ ਇੱਕ ਮਿਡਲ ਫੈਮਿਲੀ ਦੇ ਹੋ ਕੇ ਇੰਨਾ ਉੱਚਾ ਮੁਕਾਮ ਹਾਸਲ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੈ ਅੱਜ ਸਾਡੇ ਲਈ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਸਾਡਾ ਬੱਚਾ ਇੱਥੇ ਪਹੁੰਚਿਆ ਆਪਣੀ ਮਿਹਨਤ ਦੇ ਬਲ 'ਤੇ ਅਤੇ ਬਜ਼ੁਰਗਾਂ ਅਤੇ ਮਾਲਕ ਦੇ ਆਸ਼ੀਰਵਾਦ ਦੀ ਦੁਆਵਾਂ ਦਾ ਸਦਕਾ ਹੈ ਇਹਨੇ ਇਹ ਮੁਕਾਮ ਹਾਸਲ ਕੀਤਾ ਦਿਨ ਹੈ ਜੀ ਇਹ ਮੇਰਾ ਨਾਂ ਹਰਵੀਰ ਸਿੰਘ ਪਿੰਡ ਕਰਾੜੀ ਅਮਿਤ ਰਾਣਾ ਦਾ ਪਿਤਾ ਹਾਂ ਅਤੇ ਇਹ ਅੱਜ ਲੈਫਟੀਨੈਂਟ ਅਫਸਰ ਬਣਿਆ ਹੈ ਰੈਂਕ ਮਿਲਿਆ ਇਹਨੂੰ ਅਤੇ ਬੜੀ ਖੁਸ਼ੀ ਦਾ ਮਾਹੌਲ ਹੈ ਐਜ ਏ ਕਲਰਕ ਭਰਤੀ ਹੋਇਆ ਹੈ ਸੈਨਾ ਦੇ ਵਿੱਚ ਔਰ ਨਾਲ ਨਾਲ ਇਹ ਆਪਣੀ ਪੜ੍ਹਾਈ ਕਰਦਾ ਰਿਹਾ ਅਤੇ ਉਹ ਮਿਹਨਤ ਦਾ ਨਤੀਜਾ ਹੈ ਕਿ ਅੱਜ ਇਹ ਲੈਫਟੀਨੈਂਟ ਬਣ ਕੇ ਘਰ ਆਇਆ ਹੈ ਗਰਮ ਮਹਿਸੂਸ ਹੋ ਰਿਹਾ ਬੜਾ ਗਰਮ ਮਹਿਸੂਸ ਹੋ ਰਿਹਾ ਜੀ ਹਾਂਜੀ ਜਿਹੜੇ ਨੌਜਵਾਨ ਨੇ ਜਿਹੜੇ ਅੱਜ ਦੇ ਬਾਹਰ ਦੌੜ ਰਹੇ ਆ ਕਹਿੰਦੇ ਕਿ ਸਾਡੇ ਕੰਮ ਨਹੀਂ ਹੈਗਾ ਜਿਹੜਾ ਮਿਹਨਤ ਨਹੀਂ ਕਰਨਾ ਚਾਹੁੰਦਾ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਮਿਹਨਤ ਬੱਚਾ ਇੱਥੇ ਕਰੇ ਤਾਂ ਇੱਥੇ ਹੀ ਸਭ ਕੁਛ ਹੈ ਅਤੇ ਜਿੰਨੀ ਮਿਹਨਤ ਬਾਹਰ ਕਰਨੀ ਪੈਂਦੀ ਹੈ ਅਗਰ ਉਹ ਬੱਚਾ ਇੱਥੇ ਆਪਣੇ ਦੇਸ਼ 'ਚ ਆਪਣੇ ਡਿਸਟ੍ਰਿਕਟ 'ਚ ਆਪਣੇ ਘਰ ਰਹਿ ਕੇ ਜਿੱਥੇ ਮਿਹਨਤ ਕਰੇ ਤਾਂ ਇੱਥੇ ਹੀ ਸਭ ਕੁਛ ਹੈ ਤੁਹਾਡਾ ਤਾਂ ਅਹਿਮ ਰੋਲ ਰਿਹਾ ਹੋਏਗਾ ਇਹਨਾਂ ਨੂੰ ਹੈ ਨਾ ਸਪੋਰਟ ਦੇ ਵਿੱਚ ਕਿੱਦਾਂ ਗਏ ਜਦ ਤਿਆਰੀ ਕਰਦੇ ਸੀ ਕਿੰਨੀ ਕੁ ਜਿਹੜੀ ਕੱਟਣੀ ਜਾਂਦੀ ਸੀ ਦੇਖਿਆ ਜਾਏ ਤਾਂ ਤਿਆਰੀ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਸੀਗੀ ਕਿਉਂਕਿ ਜੋਬ ਕਰਦੇ ਸੀਗੇ ਔਰ ਸਵੇਰੇ ਜਾਣਾ ਸ਼ਾਮ ਨੂੰ ਆਉਣਾ ਔਰ ਜੋਬ ਕਰਨ ਦੇ ਨਾਲ ਨਾਲ ਵੀ ਇਹਨਾਂ ਨੇ ਆਪਣੀ ਸਟੱਡੀ ਪ੍ਰੈਪਰੇਸ਼ਨ ਪੂਰੀ ਕੰਟੀਨਿਊ ਰੱਖੀ ਹੈ ਹਾਰਡ ਵਰਕ ਕੀਤਾ ਇਹਨਾਂ ਨੇ ਅੱਜ ਤੁਸੀਂ ਲੈਫਟੀਨੈਂਟ ਬਣ ਗਏ ਤੁਹਾਡੇ ਹਸਬੈਂਡ ਖੁਸ਼ੀ ਕਿੰਨੀ ਕੁ ਹੋ ਰਹੀ ਮਹਿਸੂਸ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਸੋਚਿਆ ਸੀ ਕਦੇ ਕਿ ਇਹ ਵੀ ਲੈਫਟੀਨੈਂਟ ਬਣਨਗੇ ਹਸਬੈਂਡ ਤੁਹਾਡੇ ਜਿਸ ਤਰ੍ਹਾਂ ਪ੍ਰੈਪਰੇਸ਼ਨ ਕਰਦੇ ਸੀਗੇ ਉਸ ਤਰ੍ਹਾਂ ਦਾ ਉਮੀਦ ਸੀ ਕਿ ਇਹ ਜ਼ਰੂਰ ਇੱਕ ਨਾ ਇੱਕ ਦਿਨ ਕੋਈ ਮੁਕਾਮ ਹਾਸਿਲ ਕਰਨਗੇ ਬਾਕੀ ਸਾਰੇ ਤੁਹਾਡੀ ਫੈਮਿਲੀ ਨੂੰ ਲੱਗਿਆ ਪਤਾ ਕਿ ਹੁਣ ਬਣ ਗਏ ਹਾਂਜੀ ਸਭ ਫੈਮਿਲੀ ਪਰਿਵਾਰ ਵਾਲੇ ਸਭ ਆਏ ਉਮੀਦ ਨਾਲ ਆਏ ਹਾਂਜੀ ਸਭ ਆ ਰਹੇ ਹੈ ਬਹੁਤ ਖੁਸ਼ ਨੇ